ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਵਿੱਚ ਮੰਡੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੰਡੀ ਵਿੱਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਵੀ ਗੱਲਬਾਤ ਕੀਤੀ ਹੈ। ਇਸ ਦੌਰਾਨ ਦੇਖਿਆ ਗਿਆ ਕਿ ਮੰਡੀ ਵਿੱਚ ਕਣਕ ਦੀ ਖਰੀਦ ਤਾਂ ਹੋ ਰਹੀ ਹੈ ਪਰ ਵਾਰਦਾਨੇ ਦੀ ਕਮੀ ਕਾਰਨ ਭਰਾਈ ਦਾ ਕੰਮ ਉਸੇ ਤਰ੍ਹਾਂ ਹੀ ਠੱਪ ਪਿਆ ਹੈ ਅਤੇ ਲਿਫਟਿੰਗ ਵੀ ਨਹੀਂ ਹੋ ਰਹੀ ਹੈ, ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਮੰਡੀਆਂ ਵਿੱਚ ਪਰੇਸ਼ਾਨ ਹੋ ਰਹੇ ਨੇ। ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਕਿ ਐਕਸ MLA ਜਗਜੀਵਨ ਸਿੰਘ ਖੀਨੀਆ ਅਤੇ ਬਲਜਿੰਦਰ ਸਿੰਘ ਲੋਪੋ ਦਿਹਾਤੀ ਪ੍ਰਧਾਨ ਯੂਥ ਅਕਾਲੀ ਦਲ ਵੀ ਨਹੀਂ ਨਜ਼ਰ ਆਏ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਪਰਮਜੀਤ ਸਿੰਘ ਢਿੱਲੋਂ, ਅੱਜ ਮੰਡੀ ਦੇ ਵਿੱਚ, ਕਿਉਂਕਿ ਕੱਲ੍ਹ ਆਪਾਂ ਨੇ ਦੇਖਿਆ ਮਾਛੀਵਾੜਾ ਸਾਹਿਬ ਦੇ ਵਿੱਚ ਸਾਰੇ ਆੜ੍ਹਤੀ ਸਾਹਿਬਾਨਾਂ ਨੇ ਰਲ ਕੇ ਧਰਨਾ ਲਾਇਆ ਸੀ, ਜਿਹਦਾ ਮੁੱਖ ਕਾਰਨ ਇਹ ਸੀ ਵੀ ਇੱਥੇ ਬਾਰਦਾਨੇ ਦੀ ਬਹੁਤ ਕਮੀ ਆ। ਅਤੇ ਇੱਕ ਇਹ ਦੇਖਣ ਨੂੰ ਜ਼ਰੂਰ ਮਿਲਿਆ ਵੀ ਇੱਕ ਪਾਸੇ ਤਾਂ ਬਾਰਦਾਨੇ ਦੀ ਕਮੀ ਆ, ਦੂਸਰੇ ਪਾਸੇ ਇਸ ਸੈਂਟਰ ਤੋਂ ਬਾਰਦਾਨਾ ਕਿਸੇ ਹੋਰ ਸੈਂਟਰ 'ਚ ਵੇਅਰ ਹਾਊਸ ਵੱਲੋਂ ਸ਼ਿਫਟ ਕੀਤਾ ਗਿਆ, ਜਿਹਦੇ ਕਰਕੇ ਸਾਡੇ ਸਾਰੇ ਆੜ੍ਹਤੀ ਵੀਰਾਂ ਨੇ, ਮਜ਼ਦੂਰਾਂ ਨੇ ਰਲ ਕੇ ਕੱਲ੍ਹ ਧਰਨਾ ਲਾਇਆ। ਉਸੇ ਰਿਗਾਰਡਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਮੰਡੀ ਦਾ ਦੌਰਾ ਕਰਨ ਆਈ ਸੀ ਵੀ ਇੱਥੇ ਜੋ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਜੱਗ ਜ਼ਾਹਰ ਕਰੀਏ ਅਤੇ ਉਹਨਾਂ ਲਈ ਜਿਹੜੇ ਪ੍ਰਬੰਧ ਨੇ, ਜਿਹੜੇ ਅਫਸਰਾਂ ਨਾਲ ਗੱਲ ਕਰਕੇ ਹੱਲ ਕਰਵਾਈਏ। ਇੱਕ ਆਪਾਂ ਗੱਲ ਕਰੀਏ ਜਿਹੜੀ ਪੇਮੈਂਟ ਦੀ, ਸਰਕਾਰ ਵੱਲੋਂ ਸੀਗਾ ਵੀ 48 ਘੰਟਿਆਂ 'ਚ ਪੇਮੈਂਟ ਕਰਨੀ ਆ, ਪਰ 11 ਤਰੀਕ ਦੀ ਵੀ ਜਿਹੜੀ ਪਰਚੇਸ ਹੋਈ ਆ ਉਹਦੀ ਹੁਣ ਤੱਕ ਕੋਈ ਪੇਮੈਂਟ ਨਹੀਂ ਕੀਤੀ ਗਈ। ਜੇ ਆਪਾਂ ਗੱਲ ਕਰੀਏ ਬਾਰਦਾਨੇ ਦੀ, ਉਹ ਬਿਲਕੁਲ ਇੰਨਾ ਕੁ ਮੰਦਾ ਹਾਲ ਆ, ਨਾ ਲਿਫਟਿੰਗ ਹੋ ਰਹੀ ਆ। ਜੇ ਆਪਾਂ ਇਹਨਾਂ ਨੇ ਔਨਲਾਈਨ ਕਿਹਾ ਸੀ ਵੀ ਅਸੀਂ ਪਾਵਾਂਗੇ ਸਾਰੀਆਂ, ਅੱਜ ਸਵੇਰ ਤੋਂ ਮੈਂ ਦੱਸਣਾ ਚਾਹੁੰਦਾ ਵੀ ਕੋਈ ਇਹਨਾਂ ਸਰਕਾਰ ਦਾ ਪੋਰਟਲ ਨਹੀਂ ਚੱਲ ਰਿਹਾ। ਸਾਡੇ ਆੜ੍ਹਤੀ ਵੀਰਾਂ ਨੂੰ ਪਹਿਲਾਂ ਪਰੇਸ਼ਾਨ ਕੀਤਾ ਗਿਆ ਵੀ ਸਾਰੇ ਖਾਤੇ ਔਨਲਾਈਨ ਕਰੋ, ਉਹਨਾਂ ਦੇ ਵਿੱਚ ਬਹੁਤ ਦਿੱਕਤ ਆਈ। ਹੁਣ ਇਹਨਾਂ ਦਾ IT, ਨਾ ਤਾਂ IT ਚੱਲ ਰਹੀ ਆ ਨਾ ਪੇਮੈਂਟ ਚੱਲ ਰਹੀ ਆ। ਹੁਣ ਇਹ ਵਿਚਾਰੇ ਜੇ ਲੇਬਰ ਨੂੰ ਪੈਸੇ ਦੇਣ ਤਾਂ ਕਿੱਥੋਂ ਦੇਣ, ਇੰਨਾ ਮੰਦਾ ਹਾਲ ਆ ਮੰਡੀ ਦਾ। ਤੁਸੀਂ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, ਢੇਰ ਲੱਗੇ ਪਏ ਨੇ, ਪਰ ਕਿਸੇ ਕਿਸਮ ਦੀ ਕੋਈ ਚੁਕਾਈ ਦਾ ਪ੍ਰਬੰਧ ਨਹੀਂ। ਸੋ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਅੱਖਾਂ ਖੋਲੋ, ਜਾਗੋ। ਅੱਜ ਵੀ ਇਹਨਾਂ ਨੇ ਕੱਲ੍ਹ ਅਲਟੀਮੇਟਮ ਦਿੱਤਾ ਸੀ ਆੜ੍ਹਤੀ ਸਾਹਿਬਾਨਾਂ ਨੇ ਵੀ ਜੇ ਅੱਜ ਬਾਰਦਾਨਾ ਨਾ ਆਇਆ ਤਾਂ 2 ਵਜੇ ਤੋਂ ਬਾਅਦ ਧਰਨਾ ਲਾਇਆ ਜਾਊਗਾ। ਸੋ ਸਮੁੱਚੀ ਸਾਡੀ ਟੀਮ ਇੱਥੇ, ਅਸੀਂ ਅਫਸਰਾਂ ਸਾਹਿਬਾਨਾਂ ਨਾਲ ਗੱਲ ਕਰਾਂਗੇ। ਜੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਪ੍ਰਬੰਧ ਨਾ ਕੀਤਾ, ਇਸ ਹੱਲ ਦਾ ਨਾ ਕੱਢਿਆ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਆੜ੍ਹਤੀਆਂ ਸਾਹਿਬਾਨਾਂ ਨਾਲ ਅਤੇ ਲੇਬਰ ਨਾਲ ਰਲ ਕੇ ਇੱਥੇ ਸੜਕ ਦੇ ਉੱਤੇ ਧਰਨਾ ਲਾਊਗੀ। ਢਿੱਲੋਂ ਸਾਹਿਬ, MLA ਸਾਹਿਬ ਵੀ ਦਿਖਾਈ ਨਹੀਂ ਦੇ ਰਹੇ ਅਤੇ ਬੱਬੂ ਜੀ ਵੀ ਇੱਥੇ ਦਿਖਾਈ ਨਹੀਂ ਦੇ ਰਹੇ, ਕੀ ਕਾਰਨ ਆ ਜੀ? ਤੁਹਾਡੇ ਨਾਲ ਕਈ ਵਾਰੀ ਅਸੀਂ ਦੇਖਿਆ ਵੀ ਨਹੀਂ ਆ ਰਹੇ, ਕੀ ਕਾਰਨ ਆ? ਨਹੀਂ, ਇਹ ਕੋਈ ਹੋ ਸਕਦਾ, ਕਿਉਂਕਿ ਇਸ ਟਾਈਮ 'ਤੇ ਇੱਕ ਤਾਂ ਆਪਾਂ ਕਹੀਏ ਵੀ ਦਿੱਲੀ ਦੇ ਇਲੈਕਸ਼ਨਾਂ ਚੱਲ ਰਹੀਆਂ ਨੇ, ਡਿਊਟੀਆਂ ਸਾਡੀਆਂ ਵੀ ਲੱਗੀਆਂ ਸੀ, ਪਰ ਕਿਸੇ ਕਾਰਨ ਅਸੀਂ ਉੱਥੇ ਪਹੁੰਚ ਨਹੀਂ ਸਕੇ। ਤੋ ਇਸ ਟਾਈਮ ਤੁਹਾਨੂੰ ਪਤਾ ਵੀ ਅਗਲੇ ਐਤਵਾਰ ਉੱਥੇ ਇਲੈਕਸ਼ਨ ਹੈ SGPC ਦੀ, ਜਿਹੜੀ ਕਿ ਬਹੁਤ ਇੰਪੋਰਟੈਂਟ ਆ। ਸਾਡੀ ਸਾਰਿਆਂ ਡਿਊਟੀਆਂ ਵੀ ਲੱਗੀਆਂ, ਹੋ ਸਕਦਾ ਸੀ ਵੀ ਅੱਜ ਸ਼ਾਮ ਨੂੰ ਉੱਥੇ ਸਾਰੇ ਪਹੁੰਚ ਜਾਈਏ। ਸੋ ਜਿਸ ਹਿਸਾਬ ਨਾਲ ਪਾਰਟੀ ਨੇ ਡਿਊਟੀ ਲਾਈ ਹੈ ਉਸ ਹਿਸਾਬ ਨਾਲ ਸਾਰੇ ਦੇ ਸਾਰੇ ਸੱਜਣ ਇੱਥੇ ਮੌਜੂਦ ਨੇ। ਅੱਜ ਮਾਛੀਵਾੜਾ ਸਾਹਿਬ ਦੀ ਇਹ ਦਾਣਾ ਮੰਡੀ, ਜੋ ਕਿ ਸਾਡੇ ਜ਼ਿਲ੍ਹੇ ਦੀ ਬਹੁਤ ਵੱਡੀ ਦਾਣਾ ਮੰਡੀ ਹੈ, ਔਰ ਉਹ ਦੇਖ ਲਿਆ ਤੁਸੀਂ ਕਿ ਜਿੱਥੇ ਸੈਂਟਰ ਦੀ ਮੋਦੀ ਸਰਕਾਰ ਨੇ ਡਾਇਰੈਕਟ ਪੇਮੈਂਟ ਦਾ ਜਿਹੜੀ ਉਹ ਪਸੂੜੀ ਪਾ ਕੇ ਪਹਿਲਾਂ ਤਾਂ ਪਰੇਸ਼ਾਨ ਕੀਤਾ ਆੜ੍ਹਤੀਆਂ ਨੂੰ ਅਤੇ ਕਿਸਾਨਾਂ ਨੂੰ, ਹੁਣ ਉਹਦਾ ਕੋਈ ਵੇ ਆਊਟ ਕੱਢ ਕੇ ਅਗਰ ਕੋਈ ਗਾਹਾਂ ਗੱਲ ਚੱਲੀ ਆ ਤਾਂ ਕਿਸਾਨ ਜਦੋਂ ਹੁਣ ਮੰਡੀ 'ਚ 10-11 ਤਰੀਕ 'ਤੇ ਬੈਠੇ ਨੇ, ਜਦ ਤੋਂ ਇਹਦੀ ਖਰੀਦ ਸਰਕਾਰ ਵੱਲੋਂ ਸ਼ੁਰੂ ਕੀਤੀ ਹੈ, ਉਦੋਂ ਤੋਂ ਲਾ ਕੇ ਦੇਖੋ ਜਿੰਨੀ ਕੁ ਉਹ ਖਰੀਦ ਕੀਤੀ ਪਈ ਆ, ਉਹਦੀ ਲਿਫਟਿੰਗ 'ਚ ਵੀ ਬੋਰੀ ਨਹੀਂ ਹੋਈ, ਔਰ ਉਦੋਂ ਦੇ ਬਿੱਲ ਬਣੇ ਨੇ, ਔਰ ਇੱਕ ਵੀ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਇਆ, ਔਰ ਸਾਰੇ ਕਿਸਾਨ 8-8 10-10 ਦਿਨ ਦੇ ਬੈਠੇ ਨੇ, ਕਈਆਂ ਨੂੰ 5-5 6-6 ਦਿਨ ਹੋ ਗਏ, ਮੌਸਮ ਬਦਲਦਾ ਰਹਿੰਦਾ, ਚਿੰਤਾ ਵੱਧਦੀ ਰਹਿੰਦੀ ਆ, ਫਸਲ ਖੜੀ ਲੈ ਕੇ ਆਈਏ ਜੇ ਮੰਡੀ 'ਚ ਆ ਦਿੰਦੇ ਇੱਥੇ ਭੇਜਣ ਦਾ ਡਰ ਹੈ, ਇੰਨਾ ਪ੍ਰਬੰਧ ਨਹੀਂ ਜਿਹਨੂੰ ਸਾਰੇ ਨੂੰ ਸ਼ੈਲਟਰ ਕੀਤਾ ਜਾਵੇ, ਔਰ ਜੋ ਖੇਤਾਂ 'ਚ ਖੜੀ ਕਣਕ ਆ ਅਗਰ ਉੱਥੇ ਖੜੀ ਰੱਖਦੇ ਹਾਂ ਕਦੋਂ ਗੜੇ ਪੈ ਜਾਣ, ਇਹਦਾ ਡਰ ਹੈ। ਸਰਕਾਰ ਇੰਨੀ ਬੁਰੀ ਤਰ੍ਹਾਂ ਫੇਲ ਆਏ, 2 ਮਹੀਨੇ ਦਾ ਰੌਲਾ ਪਾਉਂਦੇ ਨੇ ਕਿ ਜੇ ਅਸੀਂ ਇੱਕ ਦਾਣਾ ਚੱਕਾਂਗੇ, ਉਹਨਾਂ ਦਾ ਮੰਤਰੀ ਆਸ਼ੂ ਜੀ ਬਾਰਦਾਣੇ ਦੀਆਂ ਰੋਜ਼ ਰਾਗ ਲਾਪਦਾ, ਔਰ ਇਹ ਭਰੋਸਾ ਵਾਰ ਵਾਰ ਹੱਥ 10 ਦਿਨ ਦਾ ਦੇ ਰਿਹਾ ਜਦੋਂ ਦੀ ਖਰੀਦ ਸ਼ੁਰੂ ਹੈ ਵੀ ਬਿਲਕੁਲ ਤੋੜ ਨਹੀਂ ਆਉਣ ਦਿੱਤੀ ਜਾਏਗੀ, ਬਾਰਦਾਣਾ ਵਾਧੂ ਹੈ ਜੀ, ਮੰਡੀ ਅੱਜ ਪਹੁੰਚ ਚੁੱਕਿਆ ਜੀ, ਔਰ ਸਾਰੇ ਕਿਸਾਨ ਭਰਾ ਅਤੇ ਆੜ੍ਹਤੀ ਖੜ੍ਹੇ ਨੇ, ਕੋਈ ਦੱਸ ਦੇਣ ਕਿ ਕਿੰਨੇ ਧਰਨੇ ਲਾ ਲਾ ਕੇ ਜੇ ਥੋੜ੍ਹੀ ਬਹੁਤਾ ਕੁਛ ਆਪਦੇ ਕੋਲੋਂ ਪ੍ਰਬੰਧ ਕਰਦੇ ਨੇ ਇਹ ਬਾਰਦਾਣੇ ਦੇ ਨਾਲ ਹੀ ਕਣਕ ਦਾ, ਕਿਉਂਕਿ ਭਾਅ ਤਾਂ ਲੱਗਣਾ ਜੇ ਬਾਰਦਾਣਾ ਹੋਊਗਾ, ਆ ਜੇ ਲੱਗ ਵੀ ਗਿਆ ਤਾਂ ਲਿਫਟਿੰਗ ਕੋਈ ਨਹੀਂ ਹੈ, ਇਸ ਕਰਕੇ ਮੰਡੀ ਹੁਣ ਭਰੀ ਪਈ ਆ, ਸਿੱਟਣ ਨੂੰ ਜਗ੍ਹਾ ਵੀ ਹੈ ਨਹੀਂ, ਕਿੱਥੇ ਦਾਣਾ ਲੈ ਕੇ ਆਵੇਗਾ, ਕਿੱਥੇ? ਸਾਡੇ ਪ੍ਰਬੰਧ ਪੂਰੇ ਨੇ, ਆਹ ਤੁਹਾਡੇ ਸਾਹਮਣੇ ਆ ਪ੍ਰਬੰਧਾਂ ਦਾ,
ਆ ਕਿਸਾਨਾਂ ਕਿਸਾਨ ਪਿੱਟਦੇ ਨੇ, ਆੜਤੀਏ ਵਿਚਾਰੇ ਕੀ ਕਰਨ, ਕਿੱਥੋਂ ਕਿੱਥੇ ਇੰਨੀ ਜਗ੍ਹਾ ਲੈ ਕੇ, ਹੁਣ ਕਿਵੇਂ ਕਿਵੇਂ ਇੰਨੀ ਫਸਲ ਨੂੰ ਢਕਣ, ਇਹ ਕਿੱਡਾ ਪ੍ਰਬੰਧ, ਕੀ ਕਿਹੜਾ ਪ੍ਰਬੰਧ ਹੈ? ਨਾ ਇੱਥੇ ਪਾਣੀ ਧਾਣੀ ਦਾ, ਨਾ ਕੋਈ ਸਫਾਈ ਦਾ, ਨਾ ਮਾਰਕੀਟ ਕਮੇਟੀ ਕੋਲ ਕੋਈ ਹੋਰ ਪ੍ਰਬੰਧ ਆ, ਕੋਈ ਬਦਲਵਾਂ ਕਿ ਇਹਦੇ ਲਈ ਅਸੀਂ ਕੋਈ ਹੋਰ ਇੰਤਜ਼ਾਮ ਕਰੀਏ। ਸਰਕਾਰ ਲਿਫਟਿੰਗ ਕਰਕੇ ਕਿੱਥੇ ਸਟਾਪ ਕਰਨਾ, ਇਹ ਜ਼ਿੰਮੇਵਾਰੀ ਸਰਕਾਰ ਦੀ ਹੈ। ਉਹ ਠੇਕੇਦਾਰ ਨੇ ਜਿਹੜੇ ਕਿੱਥੇ ਗਏ? ਉਹਨਾਂ ਦਾ ਪ੍ਰਬੰਧ ਜਿਹੜਾ ਸੀ, ਕਿਹੜਾ ਮੇਨ ਪ੍ਰਬੰਧ ਹੈ ਲਿਫਟਿੰਗ ਕਰਨ ਦਾ, ਉਹ ਚੱਕਣਗੇ ਕਿੱਥੇ ਗਏ ਲਿਫਟਿੰਗ, ਕਿੱਥੇ ਗਏ ਉਹਨਾਂ ਦੇ ਟਰੱਕ, ਕਿਹੜੇ ਕਿਹਨੂੰ ਟੈਂਡਰ ਦਿੱਤਾ ਗਿਆ? ਸੋ ਇਸ ਕਰਕੇ ਜਿਹੜੀਆਂ ਗੱਲਾਂ ਨੇ, ਇਹ ਸਾਰੀਆਂ ਫੋਕੀਆਂ ਇੰਨੀ ਬੁਰੀ ਤਰ੍ਹਾਂ ਇਸ ਮਾਮਲੇ 'ਚ ਕਿਸਾਨ ਅੱਜ ਉਲਝਿਆ ਬੈਠਾ। ਪਹਿਲਾਂ ਤਾਂ ਚਿੰਤਾ ਕਿਸਾਨ ਮੋਰਚਾ ਜਿਹੜਾ ਲੱਗਿਆ, ਕਈ ਮਹੀਨੇ ਹੋ ਗਏ ਉੱਥੇ, ਪਹਿਲਾਂ ਉੱਥੇ ਧੱਕੇ ਖਾਂਦੇ ਵਿਚਾਰੇ ਨੂੰ, ਸਰਕਾਰ ਦਾ ਪਿੱਠ ਸਿਆਪਾ ਹੁੰਦਾ ਰਿਹਾ। ਉਹ ਕਾਨੂੰਨ ਐਸੇ ਬਣਾ ਲਏ, ਉਹ ਸਾਡੀ ਗੱਲ ਦੀ ਹੱਡੀ ਬਣ ਗਿਆ। ਦੂਜੀ ਗੱਲ ਆ, ਹੁਣ ਜੇ ਮੰਡੀਆਂ 'ਚ ਆ ਗਏ, ਜੇ ਫਸਲ ਆ ਗਈ, ਹੁਣ 6 ਮਹੀਨੇ ਬਾਅਦ ਆਉਂਦੀ ਹੈ, ਇੱਥੇ ਅਸੀਂ ਰੋੜ ਰਹੇ।